19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਇਸ ਸਮੇਂ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪਣਾ-ਆਪਣਾ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਹੀ ਕਾਂਗਰਸ ਪਾਰਟੀ ਵੱਲੋਂ ਪਿੰਡ ਖਜੂਰਲਾ ਵਿਖੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕੀਤਾ ਗਿਆ। ਜਿਵੇਂ-ਜਿਵੇਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦੇ ਚਲਦੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪਿੰਡਾਂ ਵਿੱਚ ਜਾ ਕੇ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਉਹਨਾਂ ਦੀਆਂ ਪਾਰਟੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਹੀ ਕਾਂਗਰਸ ਪਾਰਟੀ ਵੱਲੋਂ ਫਗਵਾੜਾ ਦੇ ਪਿੰਡ ਖਜੂਰਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੀਸ਼ਾ ਰਾਣੀ ਅਤੇ ਸਤਨਾਮ ਸਿੰਘ ਸ਼ਾਮਾ ਦੇ ਲਈ ਚੋਣ ਪ੍ਰਚਾਰ ਕੀਤਾ ਗਿਆ। ਇਸ ਚੋਣ ਪ੍ਰਚਾਰ ਦੌਰਾਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਅਤੇ ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਕਰੀਬ 2 ਸਾਲ ਦੇ ਇਸ ਕਾਰਜਕਾਲ ਵਿੱਚ ਕਾਂਗਰਸ ਨੇ ਲੋਕਾਂ ਦੇ ਲਈ ਵਿਕਾਸ ਕਾਰਜ ਕੀਤੇ ਅਤੇ ਲੋਕਾਂ ਦੀ ਸਹੂਲਤ ਲਈ ਹਰ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਲੋਕਾਂ ਦੇ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ। ਜ਼ਿਲ੍ਹਾ ਪ੍ਰੀਸ਼ਦ 21 ਜੂਨ ਅਤੇ ਬਲਾਕ ਸੰਮਤੀ ਦੇ 4-5 ਜੂਨ ਦੇ ਵਿੱਚ ਅੱਜ ਮੀਟਿੰਗਸ ਹੋਈਆਂ ਨੇ। ਮੀਟਿੰਗਾਂ ਬਹੁਤ ਸਾਰੀਆਂ ਭਰਮੀਆਂ ਮੀਟਿੰਗਾਂ ਨੇ। ਲੋਕਾਂ ਦੇ ਮਨ ਵਿੱਚ ਬਰਗਾਰੀ ਕਾਂਡ ਦਾ, ਬਹਿਬਲ ਕਲਾ ਕਾਂਡ ਜੋ ਹੋਇਆ, ਉਸ ਦਾ ਬੜਾ ਦੁੱਖ ਹੈ। ਸਿੱਖ ਸਿਟੀਬਲ ਸਿਰੇ ਨੇ ਜ਼ਖਮੀ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਸੈਸ਼ਨ ਦੇ ਵਿੱਚ ਜੋ ਅਸ਼ੋਰਸ ਦਿੱਤੀ ਹੈ, ਲੋਕ ਆਸ ਕਰਦੇ ਨੇ ਕਿ ਜਿਨ੍ਹਾਂ ਨਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨਾਲ ਛੇੜਛਾੜ ਕੀਤੀ ਹੈ, ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲੇਗੀ। ਸਭ ਤੋਂ ਵੱਡਾ ਫੈਕਟਰ ਇਹ ਹੈ। ਦੂਸਰਾ ਹੈ ਵਿਕਾਸ ਦਾ ਮੁੱਦਾ। ਵਿਕਾਸ ਦੇ ਮੁੱਦੇ ਉੱਤੇ ਜੋ ਕਾਂਗਰਸ ਨੇ ਕਿਹਾ ਉਹ ਕੀਤਾ, ਚਾਹੇ ਕੋਈ ਵੀ ਸਕੀਮ ਸੀ, ਪੈਨਸ਼ਨ ਸਕੀਮ 750 ਰੁਪਇਆ ਉਹਦੇ ਅੰਡਰ ਮਿਲ ਰਿਹਾ, ਸ਼ਗਨ ਸਕੀਮਸ, ਆਟਾ ਦਾਲ ਸਕੀਮ, ਗਲੀਆਂ ਨਾਲੀਆਂ, ਸੜਕਾਂ। ਪਹਿਲੀ ਸਭ ਤੋਂ ਵੱਡੀ ਗੱਲ ਹੈ ਕਿ ਫਵਾੜੇ 'ਚ ਜਿਹੜੀਆਂ ਸੜਕਾਂ 10 ਰੁਪਏ ਨਹੀਂ ਹੋਈਆਂ, 162-164 ਕਿਲੋਮੀਟਰ ਉਹਨਾਂ ਦੀ ਲੈਂਥ ਹੈਗੀ, 18 ਕਰੋੜ ਰੁਪਏ ਸਾਡੇ ਕੋਲ ਅੱਜ ਸਰਕਾਰੀ ਰਿਪੇਅਰ ਜਾਰੀ ਹੈ। ਔਰ ਅਸੀਂ ਵੋਟ ਇੱਕ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਅਸੈਂਬਲੀ 'ਚ ਡਿਸਕਸ਼ਨ ਹੋਈ ਹੈ, ਅਕਾਲੀ ਔਰ ਭਾਜਪਾ ਵਾਲੇ ਉਸ ਤੋਂ ਭੱਜੇ ਨੇ। ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਦੋਸ਼ੀ ਹੋ, ਤੁਸੀਂ ਦੋਸ਼ੀ ਸਾਬਤ ਹੋਏ ਹੋ, SIT ਬਣ ਗਈ ਹੈ, ਸਪੈਸ਼ਲ ਟੀਮ, ਉਹ ਜਿਹੜੇ ਦੋਸ਼ੀ ਉਹਨਾਂ ਨੂੰ ਕਰਕੇ ਪੁਲਿਸ ਅਫੀਸਰਸ ਵੀ ਹੈਗੇ ਨੇ ਜਿਹਨਾਂ ਗੋਲੀ ਚਲਾਈ ਹੈ, ਉਹਦੇ ਵਿੱਚ ਪੋਲੀਟੀਸ਼ੀਅਨਸ ਵੀ ਹੈਗੇ ਨੇ, ਉਹਨਾਂ ਸਾਰਿਆਂ ਨੂੰ ਉਹਨਾਂ ਦਾ ਜੋ ਕਿਰਦਾਰ ਹੈ ਉਸ ਨੂੰ ਨੰਗਾ ਕਰਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਏਗਾ। ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਉਹਨਾਂ ਨੂੰ ਜੇਲ੍ਹ ਔਰ ਉਹਨਾਂ ਨੂੰ ਜਿਹੜੀ ਸਜ਼ਾ ਦੀ ਢੁੱਕਵੀਂ ਸਜ਼ਾ ਦਿੱਤੀ ਜਾਏਗੀ। ਮੈਂ ਲੋਕਾਂ ਦਾ ਧੰਨਵਾਦੀ ਹਾਂ, ਉਹਨਾਂ ਨੇ ਬਹੁਤ ਅੱਛੇ ਵਿਚਾਰ ਸਾਰਿਆਂ ਦੇ ਸੁਣੇ ਨੇ ਔਰ ਉਹਨਾਂ ਦਾ ਮਨ ਬਣਾਇਆ ਇਸ ਵੇਲੇ ਅਕਾਲੀ ਭਾਜਪਾ ਨੂੰ ਸਭ ਸਿਖਾਉਣਾ ਔਰ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੈ ਡਿਸਟ੍ਰਿਕਟ ਕਪੂਰਥਲੇ ਵਿੱਚ ਔਰ ਫਗਵਾੜੇ ਸੰਮਤੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੀ ਬਣੇਗੀ। ਮੈਂ ਵੋਟਰਾਂ ਦਾ, ਸਰਪੰਚ ਸਾਹਿਬਾਨ ਦਾ, ਸਾਰੀ ਸੰਗਤ ਦਾ ਜਿਹਨੇ ਅੱਜ 6-7 ਮੀਟਿੰਗਸ ਹੋਈਆਂ ਨਾ ਉਹ ਲੋਕਾਂ ਦਾ ਸਾਰਾ ਧੰਨਵਾਦੀ ਹਾਂ। ਚੋਣਾਂ ਲਈ ਵੱਖ ਵੱਖ ਪਿੰਡਾਂ ਦੇ ਵਿੱਚ ਗਏ, ਜਿਹਦੇ ਤਹਿਤ ਉੱਚਾ ਪਿੰਡ ਆਪਣੇ ਮੌਲੀ, ਖੇੜਾ, ਨੰਦਲ, ਉਸ ਤੋਂ ਬਾਅਦ ਹੁਣ ਮੀਟਿੰਗਾਂ ਠੌੜੀ ਦੇ ਵਿੱਚ, ਜਿਹਦੇ ਵਿੱਚ ਬਹੁਤ ਹੀ ਭਰਮਾ ਹੁੰਗਾਰਾ ਮਿਲਦਾ ਜਿਹੜੇ ਸਾਡੇ ਉੱਚਾ ਜੋਨ ਤੋਂ ਉਮੀਦਵਾਰ ਆ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਸ਼ੌਂਕੀ ਰਾਮ ਜੀ, ਦਰਵਿਸ਼ ਪਿੰਡ, ਨਾਲ ਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਨਿਸ਼ਾ ਰਾਣੀ ਖੇੜਾ ਜੀ, ਉਸ ਤੋਂ ਬਾਅਦ ਜਿਹੜੇ ਸਾਡੇ ਮੌਲੀ ਜੋਨ ਦੇ ਆ ਉਮੀਦਵਾਰ ਬਲਾਕ ਸੰਮਤੀ ਦੇ, ਉਹ ਸੁੱਚਾ ਰਾਮ ਮੌਲੀ ਲੰਬੜਦਾਰ ਜੀ ਆ, ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਸਾਡੇ ਉਹੀ ਆ। ਉਸ ਤੋਂ ਬਾਅਦ ਜਿਹੜਾ ਨੰਗਲ ਖੇੜਾ ਜੋਨ ਦੇ ਆ ਉਹ ਆ ਹਰਕਮਲ ਕੌਰ, ਜੋ ਕਿ ਅਮਰਜੀਤ ਸਿੰਘ ਸਰਪੰਚ ਦੀ ਨੌਂ ਆ, ਅਤੇ ਉਸ ਤੋਂ ਬਾਅਦ ਸਾਡੀ ਨਵੀਂ ਆਬਾਦੀ ਤੋਂ ਜਿਹੜੇ ਠੌੜੀ ਜੋਨ ਤੋਂ ਆ, ਨਵੀਂ ਆਬਾਦੀ ਤੋਂ ਉਮੀਦਵਾਰ ਆ ਸਾਡੇ ਭੈਣ ਰੇਸ਼ਮ ਕੌਰ ਜੀ। ਮੈਂ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਸੀਟਾਂ ਜਿਤਾਓ, ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰੀਏ, ਨਾਲ ਹੀ ਸਰਦਾਰ ਜੋਗਿੰਦਰ ਸਿੰਘ ਮਾਨ ਜੀ ਦੇ ਕਿ ਪਿੰਡਾਂ ਦਾ ਵਿਕਾਸ ਵੱਧ ਤੋਂ ਵੱਧ ਕਰਾ ਸਕੀਏ। ਇਸ ਮੌਕੇ ਤੇ ਸੀਨੀਅਰ ਕਾਂਗਰਸੀ ਨੇਤਾ ਸਤਬੀਰ ਸਿੰਘ ਵਾਲੀਆ, ਸੁਖਵਿੰਦਰ ਸਿੰਘ, ਨਵਜਿੰਦਰ ਸਿੰਘ ਬਾਈਆ, ਗੁਰਜੀਤ ਪਾਲ ਵਾਲੀਆ, ਵਿੱਕੀ ਆਦਿ ਮੌਜੂਦ ਸਨ। ਫਗਵਾੜਾ ਤੋਂ MS ਰਾਜਾ ਦੀ ਰਿਪੋਰਟ।